सिक्ख्या मंत्री हो, एक चंगी सिक्ख्या विरोधियों को मिल गई है, 50,000 की वड्डी लीड है, की कोई कहना चाहोगे? की विरोधी पार्टियां, मैं किसी का भी नाम नहीं लेना चाहूंगा, किन्ने तरीकों के नहीं प्रोपोगेंडा किए, किन्ने तरीकों के अफवाहां, किन्ने तरीकों के प्रोपोगेंडा, पर लोगों को यह पता सी कि सरदार भगवंत मान लगे हुए ने, ईमानदारी नाल लगे हुए ने, ते लोगों ने उन्होंने हक जरूर पाए। अरविंद केजरीवाल इकलौते इदां दे मुख्यमंत्री ने जो 5 साल बाद जाके कहते हैं जे मैं 5 साल वधिया काम किया तां वोट पाए। ਜਿਵੇਂ ਚੋਣਾਂ ਦੇ ਵਿੱਚ ਧਮਾਕੇਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਇਹਦੇ ਉੱਤੇ ਕਿੰਦੂ ਕੀਤਾ ਜਾ ਰਿਹਾ, ਉੱਥੇ ਹੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੁਮਾਇੰਦੇ ਆਗੂ ਤੇ ਮੰਤਰੀ ਸਾਹਿਬਾਂ ਸਾਡੇ ਨਾਲ ਨੇ। ਹਰਜੋਤ ਮੈਂਸ, ਸਿੱਖਿਆ ਮੰਤਰੀ ਦੇ ਨਾਲ ਸਾਡੇ ਮੰਤਰੀ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਕਬੱਡੀ ਜਿੱਤ। ਬਹੁਤ ਧੰਨਵਾਦ ਆਪ ਜੀ ਦਾ। ਸਿੱਖਿਆ ਮੰਤਰੀ ਹੋ, ਇੱਕ ਚੰਗੀ ਸਿੱਖਿਆ ਵਿਰੋਧੀਆਂ ਨੂੰ ਮਿਲ ਗਈ ਹੈ, 50,000 ਦੀ ਵੱਡੀ ਲੀਡ ਹੈ, ਕੀ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਰਾਜਨੀਤੀ ਦੇ ਵਿੱਚ ਹਮੇਸ਼ਾ ਲੋਕ ਵੱਡੇ ਹੁੰਦੇ ਆ, ਤੇ ਲੋਕਾਂ ਨੇ ਮੈਂਡੇਟ ਦਿੱਤਾ, ਲੋਕਾਂ ਦਾ ਮੈਂਡੇਟ ਹਮੇਸ਼ਾ ਵੱਡਾ ਹੁੰਦਾ, ਉਹ ਸਾਡੇ ਹੱਕ 'ਚ ਆਇਆ ਸੀ, ਨਿਮਰਤਾ ਦੇ ਨਾਲ, ਪੂਰੀ ਨਿਮਰਤਾ ਦੇ ਨਾਲ ਇਹਨੂੰ ਕਬੂਲ ਕਰਦੇ ਹਾਂ। ਇਹ ਇਲੈਕਸ਼ਨ, ਇਹ ਰਿਜ਼ਲਟ ਇੱਕ ਤਰੀਕੇ ਨਾਲ ਸ਼ਾਬਾਸ਼ੀ ਹੈ ਸਰਦਾਰ ਭਗਵੰਤ ਮਾਨ ਨੂੰ, ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੀ ਨੀਅਤ ਨੂੰ, ਅਤੇ ਜਿਸ ਤਰੀਕੇ ਨਾਲ ਉਹ ਦਿਨ ਰਾਤ ਲੱਗੇ ਹੋਏ ਨੇ, ਅਤੇ ਇਸ ਸ਼ਾਬਾਸ਼ੀ ਨਾਲ ਸਾਡੇ ਸਭ ਦੇ ਹੌਸਲੇ ਵਧੇ ਆ, ਟੀਮ ਭਗਵੰਤ ਮਾਨ ਦੇ ਹੌਸਲੇ ਵਧੇ ਆ, ਹੁਣ ਅਸੀਂ ਹੋਰ ਜ਼ਿਆਦਾ ਜੇ ਅੱਗੇ 18 ਘੰਟੇ ਕੰਮ ਕਰਦੇ 20 ਘੰਟੇ ਕੰਮ ਕਰਾਂਗੇ। ਇੱਕ ਚੀਜ਼ ਹੋ ਰਿਹਾ, ਜਦੋਂ ਕੈਬਨਿਟ ਦੇ ਵਿੱਚ ਤੁਸੀਂ ਬੈਠਦੇ ਹੋਣੇ, ਮਾਨ ਸਾਹਿਬ ਹੋਣਾਂ ਦੇ ਨਾਲ ਬੈਠਣ ਦਾ ਕਿੰਨਾ ਕੁ ਐਕਸਪੈਕਟ ਕੀਤਾ ਸੀ ਕਿ ਜਲੰਧਰ ਦੇ ਵਿੱਚ ਵੱਡੀ ਲੀਡ ਕਿੰਨੀ ਕੁ ਜਾ ਸਕਦੀ? ਦੇਖੋ ਜੀ, ਇਹ ਪਤਾ ਸੀ ਮਾਨ ਸਾਹਿਬ ਅਤੇ ਅਸੀਂ ਵੀ ਕੌਨਫੀਡੈਂਟ ਸੀ, ਕਿਉਂਕਿ ਦੇਖੋ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਸਾਡਾ ਪਰਮਾਤਮਾ, ਸਾਡਾ ਅਕਾਲ ਪੁਰਖ, ਮਹਾਮਾਈ ਸਭ ਜਾਣਦੇ ਕਿ ਅਸੀਂ ਚੰਗੀ ਨੀਅਤ ਨਾਲ ਲੱਗੇ ਹੋਏ ਹਾਂ। ਜਦੋਂ ਤੁਹਾਨੂੰ ਪਤਾ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਤਾਂ ਲੋਕ ਤੁਹਾਡੇ ਨਾਲ ਆਉਣਗੇ ਆਉਣਗੇ, ਅਤੇ ਲੋਕ ਇਹ ਬਾਕੀ ਵਿਰੋਧੀ ਪਾਰਟੀਆਂ, ਮੈਂ ਕਿਸੇ ਦਾ ਵੀ ਨਾਮ ਨਹੀਂ ਲੈਣਾ ਚਾਹੂੰਗਾ, ਕਿੰਨੇ ਤਰੀਕਿਆਂ ਦੇ ਨਹੀਂ ਪ੍ਰੋਪੋਗੈਂਡਾ ਕੀਤੇ, ਕਿੰਨੇ ਤਰੀਕਿਆਂ ਦੇ ਅਫਵਾਹਾਂ, ਕਿੰਨੇ ਤਰੀਕਿਆਂ ਦੇ ਪ੍ਰੋਪੋਗੈਂਡਾ, ਯਾਨੀ ਕਹਿਣਾ ਨਹੀਂ ਚਾਹੀਦਾ ਕਿ ਇੱਕ ਲੈਵਲ ਤੋਂ ਵੀ ਥੱਲੇ ਗਿਰ ਕੇ ਕਿਸੇ ਦੇ ਪੁੱਤਾਂ ਦੇ ਉੱਤੇ, ਕਿਸੇ ਦੇ ਹੋਰ ਮੁੱਦਿਆਂ ਦੇ ਉੱਤੇ ਉਹ ਸਾਰਾ ਕੈਂਪੇਨ ਕੀਤਾ, ਪਰ ਲੋਕਾਂ ਨੂੰ ਇਹ ਪਤਾ ਸੀ ਕਿ ਸਰਦਾਰ ਭਗਵੰਤ ਮਾਨ ਲੱਗੇ ਹੋਏ ਨੇ, ਇਮਾਨਦਾਰੀ ਨਾਲ ਲੱਗੇ ਹੋਏ ਨੇ, ਅਤੇ ਲੋਕਾਂ ਨੇ ਉਹਨਾਂ ਦੇ ਹੱਕ 'ਚ ਵੋਟ ਪਾਈ। ਇੱਕ ਚੀਜ਼ ਹੋ ਰਿਹਾ, ਜਦੋਂ ਮਾਨ ਸਾਹਿਬ ਹੋਣਾਂ ਦੇ ਵੱਲੋਂ ਇੱਥੇ ਆ ਕੇ ਗਰੰਟੀ ਦਿੱਤੀ ਗਈ ਸੀ ਕਿ 11 ਮਹੀਨੇ ਤੁਹਾਡੇ ਕੋਲੋਂ ਅਸੀਂ ਮੰਗ ਰਹੇ ਹਾਂ, ਤਾਂ ਉਸ ਤੋਂ ਅਗਲੇ ਜਦੋਂ ਚੋਣਾਂ ਆਉਣਗੀਆਂ ਉਸ ਦੇ ਵਿੱਚ ਸਾਨੂੰ ਲੋੜ ਨਹੀਂ ਪਵੇਗੀ ਕਿ ਤੁਹਾਡੇ ਕੋਲ ਆ ਕੇ ਵੋਟ ਮੰਗੀਏ? ਤੁਹਾਨੂੰ ਲੱਗਦਾ ਹੈ ਕਿ 11 ਮਹੀਨੇ ਦੇ ਵਕਤ ਦੇ ਵਿੱਚ ਤਮਾਮ ਉਹ ਕੰਮ ਹੋ ਜਾਣਗੇ? 11 ਮਹੀਨੇ ਦੇ, ਇਹ ਵੀ ਅਸੀਂ ਆਪਣੇ ਕੰਮਾਂ 'ਤੇ ਵੋਟ ਮੰਗੀ ਹੈ ਜੀ, ਅਤੇ ਈਵਨ ਅਸੀਂ ਤਾਂ ਦਿੱਲੀ 'ਚ ਵੀ ਕਰਕੇ ਦਿਖਾਇਆ ਸੀ। ਖੁਦ ਮਾਨ ਸਾਹਿਬ ਵੀ ਬੋਲਦੇ ਸੀ ਕਿ ਅਰਵਿੰਦ ਕੇਜਰੀਵਾਲ ਇਕਲੌਤੇ ਇੱਦਾਂ ਦੇ ਮੁੱਖ ਮੰਤਰੀ ਨੇ ਜੋ 5 ਸਾਲ ਬਾਅਦ ਜਾ ਕੇ ਕਹਿੰਦੇ ਨੇ ਜੇ ਮੈਂ 5 ਸਾਲ ਵਧੀਆ ਕੰਮ ਕੀਤਾ ਤਾਂ ਵੋਟ ਪਾਇਓ, ਤਾਂ ਅਸੀਂ ਵੀ ਜਦੋਂ 5 ਸਾਲ ਬਾਅਦ ਲੋਕਾਂ ਦੇ ਕਚਹਿਰੇ ਜਾਵਾਂਗੇ ਤਾਂ ਹੀ ਕਵਾਂਗੇ ਕਿ ਸਾਡੇ 5 ਸਾਲ ਸਾਡੀ ਇਮਾਨਦਾਰੀ, ਜੇ ਤੁਹਾਨੂੰ ਲੱਗਦਾ ਇਮਾਨਦਾਰ ਸਰਕਾਰ ਸੀ, ਚੰਗੀ ਨੀਅਤ ਵਾਲੀ ਸਰਕਾਰ ਸੀ, ਲੋਕਾਂ ਲਈ ਪੰਜਾਬ ਲਈ ਕੰਮ ਕੀਤਾ ਤਾਂ ਵੋਟ ਪਾਇਓ। ਤੁਹਾਡੀ ਟੀਮ ਦੇ ਵਿੱਚ ਵਾਧਾ ਹੋਇਆ ਜਲੰਧਰ ਦੇ ਇਸ ਜ਼ਿਮਨੀ ਚੋਣ ਨੂੰ ਜਿੱਤਣ ਤੋਂ ਬਾਅਦ, ਵੱਡੀ ਜ਼ਿੰਮੇਵਾਰੀ ਹੋਰ ਵਧੀ ਹੈ ਤੁਹਾਡੀ, ਇਸ ਦੇ ਵਿੱਚ ਸਿੱਖਿਆ ਪੱਧਰ ਦੇ ਉੱਤੇ ਜਾਂ ਸਿੱਖਿਆ ਪ੍ਰਣਾਲੀ ਦੇ ਉੱਤੇ ਕੀ ਕੁਝ ਖਾਸ ਹੋਣ ਵਾਲਾ ਜਲੰਧਰ ਦੇ ਵਿੱਚ ਲਾਸਟ? ਤੁਸੀਂ ਦੇਖੋ ਜੀ, ਹੁਣ ਜਲੰਧਰ ਦੇ ਉੱਤੇ ਮੈਂ ਬਹੁਤ ਜ਼ਿਆਦਾ ਖੁਦ ਵੀ ਫੋਕਸ ਰੱਖੂੰਗਾ, ਅਸੀਂ ਇੱਥੇ ਵਾਅਦਾ ਕੀਤਾ ਵੱਖ-ਵੱਖ ਹਲਕਿਆਂ 'ਚ, ਵੱਖ-ਵੱਖ ਪਿੰਡਾਂ 'ਚ ਜਦੋਂ ਗਏ ਹਾਂ, ਅਤੇ ਤੁਹਾਨੂੰ ਵੈਸੇ ਵੀ ਓਵਰਆਲ ਅੱਜ ਜੇ ਤੁਸੀਂ ਜੋ ਮਰਜ਼ੀ ਮੰਨੋ, ਕਿਸੇ ਨੂੰ ਪੁੱਛੋ ਲੱਗਦਾ ਕਿ ਹਾਂ ਸਰਕਾਰੀ ਸਕੂਲਾਂ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ। 20,000 ਸਕੂਲ ਨੇ, ਸਮਾਂ ਤਾਂ ਲੱਗੂਗਾ, ਪਰ ਹਰ ਰੋਜ਼, ਹਰ ਦਿਨ, ਹਰ ਹਫ਼ਤੇ, ਹਰ ਮਹੀਨੇ ਤੁਹਾਨੂੰ ਸੁਧਾਰ ਹੋਰ ਦੇਖਣ ਨੂੰ ਮਿਲੂਗਾ ਜੀ। ਬਹੁਤ ਬਹੁਤ ਧੰਨਵਾਦ ਮੰਤਰੀ ਹਰਜੋਤ ਮੈਂਸ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ, ਅਤੇ ਵੱਡੇ ਪੱਧਰ ਦੇ ਉੱਤੇ ਜਿੱਥੇ ਜਲੰਧਰ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਵਧਣ ਦੀ ਗੱਲ ਕੀਤੀ ਹੈ, ਉੱਥੇ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜ਼ਿੰਮੇਵਾਰੀ ਜਿਸ ਤਰੀਕੇ ਦੇ ਨਾਲ ਵਧੀ ਹੈ, ਜ਼ਿੰਮੇਵਾਰੀ ਨੂੰ ਨਿਭਾਵਾਂਗੇ ਵੀ ਬੜੇ ਬਾਖੂਬੀ ਤਰੀਕੇ ਦੇ ਨਾਲ। ਸੋ ਇਹ ਸਮਾਂ ਬਿਆਨੇਗਾ ਕਿ ਕਿਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਚੱਲਣਗੀਆਂ, ਆਉਣ ਵਾਲੇ ਸਮੇਂ ਦੀ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਚੱਕ ਦੀ ਟੀਵੀ ਦੇ ਵੱਲੋਂ ਸਾਂਝੀ ਕਰ ਦਿੱਤੀ ਜਾਵੇਗੀ। ਫਿਲਹਾਲ ਦੇ ਲਈ ਕੈਮਰਾਮੈਨ ਰਮਨਦੀਪ ਸਿੰਘ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ, ਚੱਕ